ਅੱਜ ਅਸੀਂ ਤੁਹਾਨੂੰ ਬਹਿਬਲ ਕਲਾਂ ਗੋਲੀਕਾਂਡ ਦੀ ਇੱਕ ਰਿਪੋਰਟ ਦਿਖਾਉਣ ਜਾ ਰਹੇ ਹਾਂ। ਪਹਿਲਾਂ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਮੁੱਖ ਦੋਸ਼ੀਆਂ 'ਤੇ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ, ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਪਰ ਕਿਸੇ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਹੋਇਆ। ਕਿੱਥੇ ਕਮੀ ਸੀ? SIT ਵੱਲੋਂ ਕਮੀ ਸੀ, ਸਰਕਾਰਾਂ ਵੱਲੋਂ ਕਮੀ ਸੀ? ਆਓ ਦੇਖਦੇ ਹਾਂ ਪੂਰੀ ਰਿਪੋਰਟ। ਤੁਹਾਨੂੰ ਕੈਪਟਨ ਸਾਹਿਬ ਦੀ ਇੱਕ ਪੁਰਾਣੀ ਵੀਡੀਓ ਦਿਖਾਉਂਦੇ ਹਾਂ ਜਿਸ ਦੇ ਵਿੱਚ ਕੈਪਟਨ ਸਾਹਿਬ ਨੇ ਗੋਲੀਕਾਂਡ ਦੇ ਮਸਲੇ ਉੱਤੇ ਕੀ ਬੋਲੇ ਸੀ। ਕਿ ਗੋਲੀ ਚਲਾਉਣ ਵਾਲਾ ਜ਼ਿਆਦਾ ਉਹਦੇ 'ਤੇ ਕੋਈ ਜ਼ਿਆਦਾ ਦੋਸ਼ ਹੈ ਉਹਦਾ, ਜਾਂ ਜਿਹੜਾ ਹੁਕਮ ਦਿੰਦਾ ਉਹ ਦੋਸ਼ੀ ਹੈ। ਇਹ ਹੁਣ ਮੈਂ ਮਹਿਕਮਾ ਮੇਰਾ ਮੈਂ ਨਹੀਂ ਬੋਲ ਸਕਦਾ ਇਹਦੇ ਬਾਰੇ, ਇਹ SIT ਨੂੰ ਫੈਸਲਾ ਕਰਨਾ ਪਊ। ਲੇਕਿਨ ਜਿਹੜਾ ਪਹਿਲਾਂ ਇਹਨਾਂ ਦਾ ਬੰਦਾ ਚਲਾਉਣ ਵਾਲਾ ਹੈ, ਵਾਪਸ ਦੱਸੂ ਕਿ ਮੈਨੂੰ ਤਾਂ ਫਲਾਣੇ ਹੁਕਮ ਦਿੱਤਾ। ਉਹ ਅੱਗੇ ਕਹੂੰਗਾ ਮੈਨੂੰ ਫਲਾਣੇ ਨੇ ਦਿੱਤਾ, ਮੈਂ ਪਹੁੰਚੂ ਜਿੱਥੇ, ਅਸੀਂ ਦੇਖ ਲਾਂਗੇ ਕਿੱਥੇ ਪਹੁੰਚਣਾ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ SIT ਰਿਪੋਰਟ ਦਿੰਦੀ ਹੈ ਔਰ ਜੋ ਇਹ ਕੋਰਟ ਦੇ ਵਿੱਚ ਜਾਏਗਾ, ਜਿਹੜਾ ਦੋਸ਼ੀ ਹੈ ਉਹਨੂੰ 1% ਵੀ ਬਖਸ਼ਿਆ ਨਹੀਂ ਜਾਏਗਾ। ਉਸ ਤੋਂ ਬਾਅਦ ਸੈਟ ਡਿਪਾਰਟਮੈਂਟ ਦੇ ਅਫਸਰ ਵੱਲੋਂ ਕੀ ਬਿਆਨ ਦਿੱਤਾ ਗਿਆ ਸੀ, ਆਓ ਸੁਣਦੇ ਹਾਂ। SIT ਦੀ ਜਿਹੜੀ ਸਾਡੀ ਪ੍ਰੋਫੈਸ਼ਨਲਿਜ਼ਮ ਹੈਗੀ ਅਤੇ ਸਾਡਾ ਜਿਹੜਾ ਤੁਹਾਡਾ ਅੱਗੇ ਤੁਹਾਡਾ ਸਮਾਂ ਹੈਗਾ ਉਸ ਦੇ ਵਿੱਚ ਜਿਹੜਾ ਅਸੀਂ ਕੰਮ ਕਰਾਂਗੇ ਉਸ ਦੇ ਬਾਰੇ ਪੂਰਾ ਭਰੋਸਾ ਹੋਣਾ ਚਾਹੀਦਾ। ਵੀ ਵਿਲ ਟਰਾਈ ਅਵਰ ਲੈਵਲ ਬੈਸਟ, ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹਾਂ। ਇਟ ਇਜ਼ ਨੋਟ ਪੋਸੀਬਲ ਫੋਰ ਅਸ ਟੂ ਆਂਸਰ ਐਨੀ ਕੁਰੀਜ਼ ਐਸ ਸੱਚ। ਫਿਰ ਮੈਂ ਇਹ ਗੱਲ ਦੱਸਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਅਤੇ ਸਾਡੇ ਪੰਜਾਬ ਨੂੰ ਇਸ ਗੱਲ ਦਾ ਸਾਡੇ 'ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਬਿਲਕੁਲ ਜਿਹੜੀ ਨਿਸ਼ਪੱਖ ਤਰੀਕੇ ਨਾਲ ਤਫਤੀਸ਼ ਹੈਗੀ ਹਰ ਕਿਸੇ ਦੀ ਮਦਦ ਕੀਤੀ ਜਾਵੇਗੀ। ਜਿਵੇਂ ਕਿ ਤੁਸੀਂ ਦੇਖ ਹੀ ਲਿਆ, ਪਹਿਲਾਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ, ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਉੱਤੇ ਇਸ ਮਸਲੇ ਦਾ ਹੱਲ ਹੋ ਗਿਆ ਅਤੇ ਆਓ ਦੇਖਦੇ ਹਾਂ ਅੱਗੇ ਕੀ ਫੈਸਲਾ ਹੋਇਆ, ਸੁਣਦੇ ਹਾਂ। ਹੁਣ ਗੱਲਬਾਤ ਕਰਦੇ ਹਾਂ ਬਾਦਲ ਪਰਿਵਾਰ ਦੇ ਅਪੋਜੀਸ਼ਨ ਕੌਂਸਲ ਦੇ ਵਕੀਲ ਸਾਹਿਬ ਹਰਪਾਲ ਸਿੰਘ ਖਾਰਾ ਜੀ ਨਾਲ ਅਤੇ ਕੀ ਫੈਸਲਾ ਹੋਇਆ, ਉਹਨਾਂ ਤੋਂ ਸੁਣਦੇ ਹਾਂ। ਹਾਂਜੀ ਖਾਰਾ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜਾ ਇਹ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਇੱਕ 307 ਦਾ ਗੋਲੀ ਕਾਂਡ ਸੀ ਕੋਟਕਪੂਰੇ, ਇੱਕ ਜਿਹੜਾ ਕਾਂਡ ਹੋਇਆ ਸੀ 2015 ਦੇ ਵਿੱਚ, ਕਿਉਂਕਿ ਦੋ ਇੰਸੀਡੈਂਟ ਹੋਏ ਸੀ, ਇੱਕ ਕੋਟਕਪੂਰਾ ਸੀ, ਦੂਸਰਾ ਜਿਹੜਾ ਸੀ ਬਹਿਬਲ ਕਲਾਂ ਸੀ। ਤਾਂ ਫਸਟ 2021 ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਸੀ ਉਹਨੂੰ ਹਾਈ ਕੋਰਟ ਨੇ ਸੈਂਕਸ਼ਨ ਕਰਤਾ ਸੀ, ਤੋੜਤਾ ਸੀ। ਉਹਨਾਂ ਨੇ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਸੀ ਕਿ ਵਿਦਇਨ 6 ਮੰਥ ਉਹ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਵੇ। ਤਾਂ 2021 ਮਈ ਦਾ ਆਰਡਰ ਸੀ, ਜੋ ਕਿ ਮੇਰੇ ਦੇਖਿਆ 'ਚ 1 ਅਕਤੂਬਰ ਜਾਂ ਨਵੰਬਰ ਤੀਕਰ ਉਹ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਸੀ। ਉਸ ਵਕਤ ਕਾਂਗਰਸ ਦੀ ਸਰਕਾਰ ਕਰਕੇ ਉਹ ਕੰਪਲੀਟ ਨਹੀਂ ਸੀ। ਤਾਂ 2000 ਮਾਰਚ ਦੇ ਵਿੱਚ ਦੁਬਾਰਾ ਇਹਨਾਂ ਨੇ ਜਿਹੜਾ ਮੇਰੇ ਦੇਖਣ 'ਚ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ। ਤਾਂ ਇਨਵੈਸਟੀਗੇਸ਼ਨ ਕੰਪਲੀਟ ਹੋਈ ਜਿਹੜੀ 7000 ਪੇਜ ਦੀ ਸੀ, FIR ਨੰਬਰ 192 ਅਤੇ 129 ਦੇ ਵਿੱਚ। ਤਾਂ ਉਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਖਜਿੰਦਰ ਸਿੰਘ ਮਾਨ SSP, ਇਹ 3 ਬੇਲ ਐਪਲੀਕੇਸ਼ਨ ਉੱਥੇ ਲੱਗੀਆਂ ਸੀ ਅਤੇ ਜਿਨ੍ਹਾਂ ਦੀ ਅਸੀਂ ਪਰਸੋਂ ਬਹਿਸ ਕੀਤੀ ਸੀ, ਮੰਡੇ ਨੂੰ ਬਹਿਸ ਕੀਤੀ ਸੀ। ਤਾਂ ਮਾਣਯੋਗ ਅਦਾਲਤ ਨੇ ਜਿਹੜਾ ਅੱਜ ਉਹਦਾ ਫੈਸਲਾ ਸੁਣਾਇਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਬੇਲ ਹੈ ਉਹ ਅਲਾਊਡ ਕੀਤੀ ਹੈ, ਮਨਜ਼ੂਰ ਕੀਤੀ ਹੈ। ਸੁਖਬੀਰ ਸਿੰਘ ਬਾਦਲ ਦੀ ਅਤੇ ਸੁਖਵਿੰਦਰ ਸਿੰਘ ਮਾਨ SSP ਦੀ ਜਿਹੜੀ ਉਹ ਬੇਲ ਰਿਜੈਕਟ ਕੀਤੀ ਗਈ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕਿਹਾ ਗਿਆ ਕਿ ਤੁਸੀਂ 15 ਦਿਨਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਤੁਸੀਂ ਕੋਰਟ ਜਾ ਕੇ ਤੁਸੀਂ ਪੇਸ਼ ਹੋਣਾ ਅਤੇ ਦੂਸਰਾ ਤੁਸੀਂ ਬਿਨਾਂ ਪਰਮਿਸ਼ਨ ਤੋਂ ਬਾਹਰ ਨਹੀਂ ਜਾਣਾ ਅਤੇ ਕਿਸੇ ਵੀ ਆਦਮੀ ਜਾਂ ਕਿਸੇ ਵੀ ਨੂੰ ਤੁਸੀਂ ਥ੍ਰੈਟ ਨਹੀਂ ਕਰਨਾ। ਸੋ ਇਹ 307 ਦੇ ਵਿੱਚ ਸੀ ਜਿਹੜੀ ਫਾਇਰ ਆਰਮ ਇੰਜਰੀ ਸੀ ਅਤੇ 295 ਵੀ ਇਸ ਦੇ ਵਿੱਚ ਨਾਲ ਲਾਈ ਸੀ, ਕਿਉਂਕਿ 2007 ਤੋਂ ਲੈ ਕੇ ਅਤੇ 2015 ਤੀਕਰ ਜੋ ਵੀ ਬੇਅਦਬੀ ਹੋਈ ਹੈ ਉਹਦੇ ਵਿੱਚ ਇਹਨਾਂ ਸਾਰਿਆਂ ਦੀ ਸਾਜਿਸ਼ਕਰਤਾ ਦੇ ਮੁਤਾਬਕ ਜਿਹੜਾ ਇਹਨਾਂ ਦਾ ਨਾਂ ਆਇਆ ਵਿੱਚ 295 ਸੀ, 307 ਸੀ, ਬਾਕੀ ਹੋਰ ਵੀ ਕਾਫੀ ਧਾਰਾ ਸੀ, 326 ਸੀ, 324, 427। ਸੋ ਮੇਰੇ ਕਹਿਣ ਦੇ ਮੁਤਾਬਕ ਇਹ ਹੈ, ਮਾਣਯੋਗ ਅਦਾਲਤ ਨੇ ਜਿਹੜਾ ਅੱਜ ਫੈਸਲਾ ਸ਼੍ਰੀ ਰਾਜੀਵ ਕਾਲੜਾ ਜੀ ਨੇ ਜਿਹੜਾ ਫੈਸਲਾ ਸੁਣਾਇਆ ਹੈ ਅਤੇ ਉਹਦੇ ਮੁਤਾਬਕ 2 ਬੰਦਿਆਂ ਦੀ ਬੇਲ ਡਿਸਮਿਸ ਹੈ, 1 ਦੀ ਜਿਹੜੀ ਅਲਾਓ ਕੀਤੀ ਹੈ। ਮੈਨੂੰ ਲੱਗਦਾ ਸ਼ਾਇਦ ਉਹ ਵੀ ਏਜ ਜ਼ਿਆਦਾ ਕਰਕੇ ਹੀ ਅਲਾਓ ਕੀਤੀ ਹੈ। ਇਹਦੇ 'ਚ ਕੋਈ ਹੋਰ ਤਾਂ ਨਹੀਂ ਦੋਸ਼ੀ ਲਾਇਆ ਗਿਆ ਸੀ? ਨਹੀਂ, ਜਿਹੜੇ ਪਹਿਲਾਂ ਦੋਸ਼ੀ ਹੈਗੇ ਸੀ 129 ਨੰਬਰ FIR ਦੇ ਵਿੱਚ, ਉਹ ਦੋਸ਼ੀ ਜਿਹੜੇ ਪਹਿਲਾਂ ਜ਼ਮਾਨਤਾਂ ਆਪਦੀਆਂ ਕਰਾ ਚੁੱਕੇ ਸੀ, 129 ਦੇ ਅੰਦਰ ਜਿਹੜੇ ਨਵੇਂ ਆਏ ਨੇ ਉਹ ਲਾ ਰਹੇ ਨੇ, ਬਾਕੀ ਜਿਹੜੇ ਪਹਿਲੇ ਦੋਸ਼ੀਆਂ ਦੀ ਜ਼ਮਾਨਤ ਹੋ ਚੁੱਕੀ ਹੈ। ਸਰ ਇਹਦਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ? ਨੈਕਸਟ ਹੁਣ ਕੋਰਟ ਦੇ ਅੰਦਰ ਪੇਸ਼ ਹੋਣਾ ਜੀ ਮੁਲਜ਼ਮਾਂ ਨੇ,
पेश हो के इन्होंने चलाण दी जो कापियां रिसीव करनिया ने वह अगर फरदर अगे है कि केस जो चलान है कमिट करना अदालत वो लंबा प्रोसीजर है। सो ये कि वह इस अदालत के रहेंगे या जिन्हों का अगे जो प्रोसीजन जी अगे चलूगी हाई कोर्ट नहीं जी जे एम आई सी चलान पेश होया ये चलान कमिट होकर सैशन कोर्ट जाऊगा जोड़ा केस चलना है वह फरीदकोट सैशन कोर्ट के अंदर ही चलूगा। सो अगे हाई कोर्ट तक अलग बेल जानिया ने जा रिविजन जा सकदिया ने जोड़ा ट्रायल फरीदकोट सैशन कोर्ट चलू। Thank you.